ਪੰਜਾਬ ਚ ਪੁਲਸ ਮੁਕਾਬਲੇ ਘਟੇ 6 ਸਾਲਾਂ ਚ ਹੋਏ 8 ਪੁਲਸ ਮੁਕਾਬਲੇ ਸਾਥ ਸ੍ਰੀਕਾਲ ਤੁਸੀਂ ਜੁੜੇ ਹੋਏ ਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਮੈਂ ਪਰਮਜੀਤ ਸਿੰਘ ਪੰਜਾਬ ਦੇ ਵਿੱਚ ਤਿੰਨ ਦਹਾਕੇ ਪਹਿਲਾਂ ਹਾਲਾਤ ਬੜੇ ਹੀ ਖਤਰਨਾਕ ਸੀ ਤੇ ਪੰਜਾਬ ਪੁਲਸ ਦੇ ਵੱਲੋਂ ਅਤਵਾਦ ਖਤਮ ਕਰਨ ਦੇ ਲਈ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਕਾਬਲੇ ਭਾਵ ਇਨਕਾਊਂਟਰ ਕੀਤੇ ਗਏ ਪਰ ਇਹਨਾਂ ਇਨਕਾਊਂਟਰਾਂ ਦੇ ਵਿੱਚ ਪੁਲਸ ਦੇ ਵੱਲੋਂ ਕੁਝ ਨਾਜਾਇਜ਼ ਇਨਕਾਊਂਟਰ ਵੀ ਕੀਤੇ ਗਏ ਜਿਨ੍ਹਾਂ ਨੂੰ ਲੈ ਕੇ ਹੁਣ ਤੱਕ ਵੀ ਪੰਜਾਬ ਪੁਲਸ ਦੇ ਉੱਪਰ ਸਵਾਲ ਖੜੇ ਹੁੰਦੇ ਆ ਰਹੇ ਨੇ ਉਸ ਸਮੇਂ ਪੰਜਾਬ ਪੁਲਸ ਦੇ ਵੱਲੋਂ ਇੱਕ ਦਿਨ ਦੇ ਵਿੱਚ ਹੀ ਦਰਜਨਾ ਪੁਲਸ ਮੁਕਾਬਲੇ ਕੀਤੇ ਜਾਂਦੇ ਸੀ ਪਰ ਹੁਣ ਪੰਜਾਬ ਦੇ ਵਿੱਚ ਹਾਲਾਤ ਬਦਲ ਗਏ ਨੇ ਬੀਤੇ 6 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਕੁੱਲ 8 ਪੁਲਿਸ ਮੁਕਾਬਲੇ ਹੋਏ ਨੇ ਪਰ ਉਸ ਸਮੇਂ ਤਿੰਨ ਦਹਾਕੇ ਪਹਿਲਾਂ ਪੰਜਾਬ ਦੇਸ਼ ਭਰ ਵਿੱਚੋਂ ਸਭ ਤੋਂ ਅੱਗੇ ਸੀ ਪੁਲਿਸ ਮੁਕਾਬਲਿਆਂ ਵਿੱਚ ਜੇਕਰ ਗੱਲ ਕਰੀਏ ਗੋਆ ਤਾਂ ਇੱਥੇ ਪਿਛਲੇ 6 ਸਾਲਾਂ ਦੇ ਵਿੱਚ ਕੋਈ ਵੀ ਪੁਲਿਸ ਮੁਕਾਬਲਾ ਨਹੀਂ ਹੋਇਆ ਪੁਲਿਸ ਮੁਕਾਬਲਿਆਂ ਦੇ ਵਿੱਚ ਦੇਸ਼ ਭਰ ਦੇ ਵਿੱਚੋਂ ਛੱਤੀਸਗੜ੍ਹ ਸਭ ਤੋਂ ਅੱਗੇ ਆ ਦੱਸ ਦਿੰਨੇ ਆ ਕਿ ਕੇਂਦਰੀ ગ્રામ ਅਧਤਾਰ ਲੈਵਲੋਂ ਜਾਰੀ ਅਧਿਕਾਰਤ ਅੰਕੜਿਆਂ ਦੇ ਮੁਤਾਬਕ ਬੀਤੇ 6 ਸਾਲਾਂ ਦੇ ਵਿੱਚ 813 ਮੌਤਾਂ ਹੋਈਆਂ ਨੇ ਪੁਲਿਸ ਮੁਕਾਬਲਿਆਂ ਦੇ ਵਿੱਚ ਇਹਨਾਂ ਦੇ ਵਿੱਚੋਂ 354 ਮਾਮਲਿਆਂ ਦੀ ਜਾਂਚ ਅਜੇ ਤੱਕ ਪੈਂਡਿੰਗ ਆ ਤੇ 459 ਮਾਮਲਿਆਂ ਨੂੰ ਖਤਮ ਕਰ ਦਿੱਤਾ ਗਿਆ ਹੈ ਪਰ ਅਜੇ ਹਾ ਕੋਈ ਵੀ ਕਾਰਨ ਨਹੀਂ ਦੱਸਿਆ ਗਿਆ ਕਿ ਇਹ ਉਕਤ ਮਾਮਲਿਆਂ ਨੂੰ ਕਿਵੇਂ ਖਤਮ ਕੀਤਾ ਗਿਆ ਹੈ ਛੱਤੀਸਗੜ੍ਹ ਦੇ ਵਿੱਚ ਬੀਤੇ 6 ਸਾਲਾਂ ਦੇ ਵਿੱਚ 259 ਤੇ ਉਸ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਵਿੱਚ 121 ਪੱਛਮੀ ਬੰਗਾਲ ਦੇ ਵਿੱਚ 5 ਤੇ ਪੰਜਾਬ ਦੇ ਵਿੱਚ 8 ਪੁਲਸ ਮੁਕਾਬਲੇ ਹੋਏ ਨੇ ਮਹਾਰਾਸ਼ਟਰ ਦੇ ਵਿੱਚ ਵੀ ਪਿਛਲੇ 6 ਸਾਲਾਂ ਦੇ ਦੌਰਾਨ 34 ਪੁਲਸ ਮੁਕਾਬਲੇ ਹੋਏ ਨੇ ਜੰਮੂ ਕਸ਼ਮੀਰ ਚ ਪਿਛਲੇ 3 ਸਾਲਾਂ ਦੇ ਦੌਰਾਨ ਵੱਖ-ਵੱਖ ਪੁਲਸ ਮੁਕਾਬਲਿਆਂ ਦੇ ਵਿੱਚ 45 ਮੌਤਾਂ ਹੋਈਆਂ ਨੇ ਤੇ ਪਿਛਲੇ 6 ਸਾਲਾਂ ਦੇ ਦੌਰਾਨ ਗੋਆ ਦੇ ਵਿੱਚ ਇੱਕ ਵੀ ਪੁਲਸ ਮੁਕਾਬਲਾ ਨਹੀਂ ਹੋਇਆ ਪਰ ਤਿੰਨ ਹਫ਼ਤੇ ਪਹਿਲਾਂ ਪੰਜਾਬ ਦੇ ਵਿੱਚ ਹਾਲਾਤ ਬੜੇ ਹੀ ਖਤਰਨਾਕ ਸੀ ਤੇ ਪੁਲਸ ਦੇ ਵੱਲੋਂ ਵੀ ਆਮ ਨਾਗਰਿਕਾਂ ਦੀ ਸੁਰੱਖਿਆ ਦੇ ਲਈ ਤੇ ਅੱਤਵਾਦ ਖਤਮ ਕਰਨ ਦੇ ਲਈ ਵੱਡੀ ਕਾਰਵਾਈ ਕੀਤੀ ਜਿਸ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਇਨਕਾਊਂਟਰ ਕੀਤੇ ਜਾਂਦੇ ਸੀ ਪਰ ਇਸ ਇਨਕਾਊਂਟਰਾਂ ਦੇ ਵਿੱਚ ਕਈ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਨਜਾਇਜ਼ ਇਨਕਾਊਂਟਰ ਵੀ ਕੀਤੇ ਗਏ ਪਰ ਪੰਜਾਬ ਦੇ ਲੋਕ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਵੱਲੋਂ ਪੰਜਾਬ ਪੁਲਿਸ ਦੇ ਇਹਨਾਂ ਇਨਕਾਊਂਟਰਾਂ ਲੈ ਕੇ ਕਈ ਵਾਰ ਵੱਡੇ ਸਵਾਲ ਖੜੇ ਕੀਤੇ ਗਏ ਨੇ ਪਰ ਇਸ ਸਮੇਂ ਪੰਜਾਬ ਦੇ ਵਿੱਚ ਹਾਲਾਤ ਬਦਲ ਗਏ ਨੇ ਅਜਈਆਂ ਹੋਰ ਖਬਰਾਂ ਦੇ ਲਈ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਧੰਨਵਾਦ